ਪ੍ਰਾਈ ਪੰਜਾਬੀ ਤੇ ਤੁਹਾਡਾ ਸਵਾਗਤ ਮੈਂ ਹਰਵਿੰਦਰ ਸਿੰਘ ਦੇਵਗਨ ਲੈ ਕੇ ਹਾਜ਼ਰਾਂ ਤੁਹਾਡੇ ਆਪਣੇ ਚੈਨਲ ਪ੍ਰਾਈ ਪੰਜਾਬੀ ਤੋਂ ਦੇਸ਼ ਦੁਨੀਆ ਦੀਆਂ ਖਬਰਾਂ ਤੇ ਆਓ ਚੱਲਦੇ ਹਾਂ ਖਬਰਾਂ ਦੇ ਬੁਲਟਨ ਵੱਲ ਯੂਕੇ ਵਿੱਚ ਲੋਕਡਾਊਨ ਦੀ ਟਾਈਮਿੰਗ ਨੂੰ ਲੈ ਕੇ ਚੱਲ ਰਿਹਾ ਵਿਵਾਦ ਰੁਕਣ ਦਾ ਨਾਂ ਹੀ ਨਹੀਂ ਲੈ ਰਿਹਾ ਬੋਰਿਸ ਸਰਕਾਰ ਦਾ ਮੰਨਣਾ ਹੈ ਕਿ ਉਸਨੇ ਵਾਜਬ ਸਮੇਂ ਤੇ ਦੇਸ਼ ਵਿੱਚ ਲੋਕਡਾਊਨ ਕੀਤਾ ਹੈ ਪਰ ਸਰਕਾਰ ਦੇ ਸਾਬਕਾ ਸਾਇੰਟਿਫਿਕ ਐਡਵਾਈਜ਼ਰ ਪ੍ਰੋਫੈਸਰ ਨੀਲ ਫਰਗਸਨ ਦਾ ਕਹਿਣਾ ਹੈ ਕਿ ਜੇ ਇੱਕ ਹਫ਼ਤਾ ਪਹਿਲਾਂ ਲੋਕਡਾਊਨ ਲੱਗਦਾ ਤਾਂ ਕਈ ਜ਼ਿੰਦਗੀਆਂ ਬਚਾਈਆਂ ਜਾ ਸਕਦੀਆਂ ਸਨ ਉਹਨਾਂ ਕਹੇ ਕਿ ਲੋਕਡਾਊਨ ਤੋਂ ਕਾਫੀ ਪਹਿਲਾਂ ਕਰੋਨਾ ਦੇ ਮਾਮਲੇ 3 ਜਾਂ 4 ਦਿਨਾਂ ਵਿੱਚ ਦੁੱਗਣੇ ਹੋਣੇ ਸ਼ੁਰੂ ਹੋ ਗਏ ਸਨ ਫਰਗਸਨ ਦਾ ਮੰਨਣਾ ਹੈ ਕਿ ਇੱਕ ਹਫ਼ਤਾ ਪਹਿਲਾਂ ਲੋਕਡਾਊਨ ਨਾਲ ਕਰੋਨਾ ਕਾਰਨ ਹੋਈਆਂ ਕੁੱਲ ਮੌਤਾਂ ਵਿੱਚ 20 ਹਜ਼ਾਰ ਦੀ ਕਮੀ ਆ ਸਕਦੀ ਸੀ ਇੱਕ ਹੋਰ ਸਲਾਹਕਾਰ ਪ੍ਰੋਫੈਸਰ ਜੌਨ ਐਡਮੁਂਡਸ ਨੇ ਕਿਹਾ ਹੈ ਕਿ ਮਾਰਚ ਮਹੀਨੇ ਦਾ ਡਾਟਾ ਕਮਜ਼ੋਰ ਹੋਣ ਕਰਕੇ ਲੋਕਡਾਊਨ ਲਾਗੂ ਕਰਨ ਵਿੱਚ ਦੇਰੀ ਹੋਈ ਹੈ ਯੂਕੇ ਦੇ ਸਾਬਕਾ ਮੰਤਰੀ ਰੋਰੀ ਸਟੂਵਰਡ ਲੋਕਡਾਊਨ ਲਾਗੂ ਕਰਨ ਵਿੱਚ ਦੇਰੀ ਵਿਰੁੱਧ ਰੋਸ ਪ੍ਰਗਟ ਕਰਦੇ ਆ ਰਹੇ ਨੇ ਬੌਰੀਸ ਜੌਨਸਨ ਸਰਕਾਰ ਉੱਪਰ 2 ਮੀਟਰ ਵਾਲੇ ਸੋਸ਼ਲ ਡਿਸਟੈਂਸਿੰਗ ਰੂਲ ਵਿੱਚ ਤਬਦੀਲੀ ਕਰਨ ਦੀ ਮੰਗ ਜ਼ੋਰ ਫੜਦੀ ਜਾ ਰਹੀ ਹੈ ਟੌਰੀ ਆਗੂ ਤੇ ਸਾਬਕਾ ਮੰਤਰੀ ਇਨ ਡਨਕਨ ਸਮਿਥ ਸਮੇਤ ਕਈ ਨੇਤਾਵਾਂ ਨੇ ਬੌਰੀਸ ਜੌਨਸਨ ਤੇ ਜ਼ੋਰ ਦਿੱਤਾ ਹੈ ਕਿ ਇਸ ਨਿਯਮ ਵਿੱਚ ਤਬਦੀਲੀ ਕਰਕੇ World Health Organization ਦੇ 1 ਮੀਟਰ ਦੂਰੀ ਵਾਲੇ ਨਿਯਮ ਨੂੰ ਲਾਗੂ ਕੀਤਾ ਜਾਵੇ ਜਿਸ ਨੂੰ ਫਰਾਂਸ ਡੈਨਮਾਰਕ ਤੇ ਸਿੰਗਾਪੁਰ ਤੇ ਕਈ ਹੋਰ ਦੇਸ਼ ਅਪਣਾ ਵੀ ਰਹੇ ਨੇ ਉਧਰ ਆਰਥਿਕ ਮਾਹਰਾਂ ਦਾ ਵਿਚਾਰ ਹੈ ਕਿ ਸੋਸ਼ਲ ਡਿਸਟੈਂਸਿੰਗ ਨੂੰ ਘਟਾਉਣ ਨਾਲ ਹੀ ਇਕਨੋਮੀ ਦੀ ਬਿਹਤਰੀ ਵੱਲ ਵਧਿਆ ਜਾ ਸਕਦਾ ਹੈ ਇੰਡੀਆ, ਰਸ਼ੀਆ, ਕੈਨੇਡਾ, ਯੂਐਸ ਸਮੇਤ 10 ਮੁਲਕਾਂ ਨੇ ਵਰਲਡ ਟ੍ਰੇਡ ਆਰਗੇਨਾਈਜੇਸ਼ਨ ਵਿੱਚ ਐਕਸਪੋਰਟ ਨੂੰ ਪੁੱਜੇ ਨੁਕਸਾਨ ਲਈ ਯੂਕੇ ਤੇ ਯੂਰੋਪੀਅਨ ਯੂਨੀਅਨ ਤੋਂ ਕੰਪਨਸੇਸ਼ਨ ਦੀ ਮੰਗ ਕੀਤੀ ਹੈ। ਭਾਰਤ ਸਮੇਤ ਇਹਨਾਂ ਦੇਸ਼ਾਂ ਦਾ ਕਹਿਣਾ ਹੈ ਕਿ ਯੂਕੇ ਤੇ ਯੂਰੋਪੀਅਨ ਯੂਨੀਅਨ ਦੇ ਸਭ ਤੋਂ ਘੱਟ ਜਾਂ ਜ਼ੀਰੋ ਡਿਊਟੀ ਤੇ ਉਤਪਾਦ ਖਰੀਦਣ ਦੇ ਸਾਂਝੇ ਫੈਸਲੇ ਨਾਲ ਉਹਨਾਂ ਦੀ ਖੇਤੀ ਉਤਪਾਦ ਮੱਛੀ ਤੇ ਪ੍ਰੋਸੈਸਡ ਫਾਰਮ ਪ੍ਰੋਡਕਟਸ ਦੀ ਐਕਸਪੋਰਟ ਤੇ ਮੰਦਾ ਅਸਰ ਪਿਆ ਹੈ। ਇਹ ਦੇਸ਼ ਟ੍ਰੇਡ ਟੈਰਿਫ ਰੇਟ ਵਿੱਚ ਲਚਕੀਲੇਪਣ ਦੀ ਮੰਗ ਕਰ ਰਹੇ ਨੇ ਪਰ ਯੂਰੋਪੀਅਨ ਯੂਨੀਅਨ 2020 ਦੇ ਖਤਮ ਹੋਣ ਤੋਂ ਪਹਿਲਾਂ ਇਸ ਵਿੱਚ ਕੋਈ ਤਬਦੀਲੀ ਕਰਨ ਤੋਂ ਇਨਕਾਰ ਕਰ ਚੁੱਕਾ ਹੈ। ਯੂਕੇ ਭਾਵੇਂ ਬ੍ਰਿਕਜ਼ਟ ਤੋਂ ਬਾਹਰ ਆ ਚੁੱਕਾ ਹੈ ਪਰ ਡਬਲਿਊਟੀਓ ਵਿੱਚ ਯੂਰੋਪੀਅਨ ਯੂਨੀਅਨ ਦੇ ਨਿਯਮ ਅਜੇ ਯੂਕੇ ਤੇ ਲਾਗ ਭਾਰਤ ਨੇ ਅਪ੍ਰੈਲ 2019 ਤੋਂ ਮਾਰਚ 2020 ਵਿਚਾਲੇ ਯੂਕੇ ਨੂੰ 8.19 ਮਿਲੀਅਨ ਡਾਲਰ ਤੇ ਯੂਰੋਪੀਅਨ ਯੂਨੀਅਨ ਨੂੰ 50.50 ਬਿਲੀਅਨ ਡਾਲਰ ਦਾ ਐਕਸਪੋਰਟ ਕੀਤਾ ਹੈ। ਭਾਰਤ ਤੇ ਨੇਪਾਲ ਵਿਚਾਲੇ ਨਕਸ਼ੇ ਨੂੰ ਲੈ ਕੇ ਗਤੀਰੋਧ ਬਣਿਆ ਹੋਇਆ ਹੈ। ਕਾਟਮੰਡੂ ਤੋਂ ਮਿਲੀਆਂ ਰਿਪੋਰਟਾਂ ਦੱਸਦੀਆਂ ਨੇ ਕਿ ਨੇਪਾਲੀ ਸੰਸਦ ਦੀ ਮੈਂਬਰ ਸਰੀਦਾ ਗਿਰੀ ਦੇ ਘਰ ਤੇ ਹਮਲਾ ਕੀਤਾ ਗਿਆ ਹੈ। ਉਸ ਦੇ ਘਰ ਦੇ ਬਾਹਰ ਕਾਲੇ ਚੰਡੇ ਲਗਾਏ ਗਏ ਤੇ ਐਮਪੀ ਨੂੰ ਦੇਸ਼ ਛੱਡਣ ਲਈ ਵੀ ਕਿਹਾ ਗਿਆ। ਨੇਪਾਲ ਦੀ ਸੰਸਦ ਦੀ ਪ੍ਰਤੀਨਿਧੀ ਸਭਾ ਵਿੱਚ ਦੋ ਦਿਨ ਪਹਿਲਾਂ ਨਕਸ਼ੇ ਵਿੱਚ ਬਦਲਾਅ ਬਾਰੇ ਸੰਵਿਧਾਨਕ ਸੋਧ ਬਿੱਲ ਨੂੰ ਪ੍ਰਵਾਨਗੀ ਦਿੱਤੀ ਗਈ ਜਿਸ ਦੌਰਾਨ ਸਰੀਤਾ ਗਿਰੀ ਨੇ ਇਸ ਦਾ ਸਖਤ ਵਿਰੋਧ ਕੀਤਾ ਸੀ ਉਸ ਦਾ ਕਹਿਣਾ ਸੀ ਕਿ ਨੇਪਾਲ ਚਾਈਨਾ ਦੇ ਬਹਿਕਾਵੇ ਵਿੱਚ ਆ ਕੇ ਨਕਸ਼ੇ ਵਿੱਚ ਤਬਦੀਲੀ ਕਰ ਰਿਹਾ ਹੈ ਸਰੀਤਾ ਗਿਰੀ ਨੇਪਾਲ ਦੀ ਸਮਾਜਵਾਦੀ ਪਾਰਟੀ ਦੀ ਨੇਤਾ ਹੈ ਤੇ ਹੈਰਾਨੀ ਇਸ ਗੱਲ ਦੀ ਵੀ ਹੈ ਕਿ ਪਾਰਟੀ ਗਿਰੀ ਦੇ ਬਚਾਲੇ ਅੱਗੇ ਨਹੀਂ ਆ ਰਹੀ ਭਾਰਤੀ ਵਿਦਿਆਰਥੀਆਂ ਦਾ ਅਮਰੀਕਾ ਵਿੱਚ ਪੜ੍ਹਾਈ ਕਰਨ ਦਾ ਮੌਕਾ ਘਟਦਾ ਜਾ ਰਿਹਾ ਹੈ। ਨੈਸ਼ਨਲ ਫਾਊਂਡੇਸ਼ਨ ਫਾਰ ਅਮਰੀਕਾ ਪਾਲਿਸੀ ਦੀ ਰਿਪੋਰਟ ਮੁਤਾਬਕ ਅਮਰੀਕੀ ਯੂਨੀਵਰਸਿਟੀਆਂ ਵਿੱਚ ਇੰਡੀਅਨ ਸਟੂਡੈਂਟਸ ਦੇ ਐਡਮਿਸ਼ਨ ਵਿੱਚ ਪਿਛਲੇ 3 ਸਾਲਾਂ ਵਿੱਚ 25% ਤੋਂ ਵੱਧ ਦੀ ਕਮੀ ਆਈ ਹੈ। ਪਬਲਿਕ ਪਾਲਿਸੀ ਰਿਸਰਚ ਔਨ ਟ੍ਰੇਡ ਐਂਡ ਇਮੀਗ੍ਰੇਸ਼ਨ ਵੱਲੋਂ ਇਸ ਮਹੀਨੇ ਜਾਰੀ ਹੋਈ ਰਿਪੋਰਟ ਮੁਤਾਬਕ ਅਮਰੀਕਾ ਪ੍ਰਤੀ ਚੁਕਾਅ ਵਿੱਚ ਕਮੀ ਵਾਸਤੇ ਟਰੰਪ ਐਡਮਿਨਿਸਟ੍ਰੇਸ਼ਨ ਦੀ ਰਿਸਟ੍ਰਕਟਿਵ ਇਮੀਗ੍ਰੇਸ਼ਨ ਐਂਡ ਇੰਟਰਨੈਸ਼ਨਲ ਸਟੂਡੈਂਟਸ ਪਾਲਿਸੀ ਨੂੰ ਜ਼ਿੰਮੇਵਾਰ ਦੱਸਿਆ ਗਿਆ ਹੈ। ਅਮਰੀਕਾ ਵਿੱਚ ਐਡਮਿਸ਼ਨ ਦੀ ਕਮੀ ਦਾ ਲਾਭ ਕੈਨੇਡਾ ਨੂੰ ਹੋਇਆ ਹੈ ਜਿੱਥੇ 3 ਸਾਲਾਂ ਵਿੱਚ ਹੀ ਇੰਡੀਅਨ ਸਟੂਡੈਂਟਸ ਦੀ ਗਿਣਤੀ ਦੁੱਗਣੀ ਹੋ ਗਈ ਹੈ। ਪੰਜਾਬ ਵਿੱਚ ਕਰੋਨਾ ਦੇ ਕਮਿਊਨਿਟੀ ਸਪਰੈਡ ਦੇ ਖਦਸ਼ੇ ਨੂੰ ਧਿਆਨ ਵਿੱਚ ਰੱਖਦਿਆਂ ਵੀਕਐਂਡ ਤੇ ਪਬਲਿਕ ਹੌਲੀਡੇ ਵਾਲੇ ਦਿਨ ਲਾਕਡਾਊਨ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇਗਾ ਤੇ ਈ-ਪਾਸ ਹੋਣ ਤੇ ਹੀ ਮੂਵਮੈਂਟ ਕੀਤੀ ਜਾ ਸਕੇਗੀ। ਪੁਲਿਸ ਤੇ ਡਾਕਟਰੀ ਸੇਵਾਵਾਂ ਤੋਂ ਇਲਾਵਾ ਬਾਕੀ ਸਭ ਨੂੰ ਈ-ਪਾਸ ਲਈ ਕੋਵਾ ਐਪ ਡਾਊਨਲੋਡ ਕਰਨੀ ਹੋਵੇਗੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਵੀਡੀਓ ਕਾਨਫਰੰেন্স ਰਾਹੀਂ ਜ਼ਿਲ੍ਹਾ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਛੁੱਟੀ ਵਾਲੇ ਦਿਨਾਂ ਵਿੱਚ ਲਾਕਡਾਊਨ ਸਖਤੀ ਨਾਲ ਲਾਗੂ ਕੀਤਾ ਜਾਵੇ ਇਹ ਜ਼ਿਕਰਯੋਗ ਹੈ ਕਿ ਬੀਤੇ ਕੁਝ ਦਿਨਾਂ ਤੋਂ ਸੂਬੇ ਵਿੱਚ ਕਰੋਨਾ ਦਾ ਕਹਿਰ ਵਧਦਾ ਜਾ ਰਿਹਾ ਹੈ ਪੰਜਾਬ ਸਰਕਾਰ 50 ਸਾਲ ਦੀ ਉਮਰ ਤੋਂ ਉੱਪਰ ਦੇ ਕਰਮਚਾਰੀਆਂ ਦੀ ਮਾੜੀ ਕਾਰਗੁਜ਼ਾਰੀ ਨੂੰ ਮੁੱਖ ਰੱਖਦੇ ਆ ਉਹਨਾਂ ਨੂੰ ਜ਼ਬਰੀ ਸੇਵਾ ਮੁਕਤ ਕਰਨਾ ਚਾਹੁੰਦੀ ਹੈ ਸਰਕਾਰ ਦੇ ਇਸ ਰੁਖ ਦਾ ਮੁਲਾਜ਼ਮ ਜਥੇਬੰਦੀਆਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਤੇ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਅੱਜ ਤਰਨਤਾਰਨ ਵਿੱਚ ਬਿਜਲੀ ਕਰਮਚਾਰੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਮੁਲਾਜ਼ਮ ਆਗੂ ਹਰਪ੍ਰੀਤ ਸਿੰਘ ਗੰਢੀਵਿੰਡ ਨੇ ਸਰਕਾਰ ਦੇ ਫੈਸਲੇ ਨੂੰ ਮੁਲਾਜ਼ਮ ਮਾਰੂ ਦੱਸਿਆ ਬਿਜਲੀ ਕਾਮਯਾਬੀ ਜਥੇਬੰਦੀ ਪੀਐਸਸੀਬੀ EMPLOYEES FEDERATION 8 ਪੰਜਾਬ ਦਾ ਸੂਬਾ ਵਰਕਿੰਗ ਪ੍ਰਧਾਨ ਜੋ ਅੱਜ ਪ੍ਰਦਰਸ਼ਨ ਪੰਜਾਬ ਸਰਕਾਰ ਦੇ ਖਿਲਾਫ ਅਸੀਂ ਕਰ ਰਹੇ ਆ ਉਹ ਮਲਾਜ਼ਮਾਂ ਦੇ ਮਨ ਦੇ ਵਿੱਚ ਰੋਸ ਆ ਕਿ ਸਰਕਾਰ ਨੇ ਇੱਕ ਆਰਡੀਨੈਂਸ ਜਾਰੀ ਕੀਤਾ ਕਿ ਜਿਹੜੇ ਕਰਮਚਾਰੀ ਜਾਂ 50 ਸਾਲ ਦੀ ਸੇਵਾ 50 ਸਾਲ ਦੀ ਉਮਰ ਤੱਕ ਚੁੱਕੇ ਆ 55 ਸਾਲ ਦੀ ਉਮਰ ਤੱਕ ਤੱਕ ਚੁੱਕੇ ਆ ਜਾਂ ਜਿਨ੍ਹਾਂ ਦੀ ਸੇਵਾ 20 ਸਾਲ ਹੋ ਗਈ ਆ 25 ਹੋ ਗਈ 30 ਹੋ ਗਈ ਉਹਨਾਂ ਦੀ ਜਬਰੀ ਰਿਟਾਇਰਮੈਂਟ ਦਾ ਮਾਮਲਾ ਜਿਹੜਾ ਪੰਜਾਬ ਸਰਕਾਰ ਨੇ ਆਰਡੀਨੈਂਸ ਜਾਰੀ ਕੀਤਾ ਅਸੀਂ ਉਹਦਾ ਵਿਰੋਧ ਕਰਦੇ ਆਂ ਤੇ ਇਸ ਦੇ ਨਾਲ ਹੀ ਪ੍ਰਾਈਮ ਪੰਜਾਬੀ ਤੇ ਖਬਰਾਂ ਦਾ ਬੁਲੇਟਿਨ ਖਤਮ ਹੁੰਦਾ ਹੈ ਪ੍ਰਾਈਮ ਪੰਜਾਬੀ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਨਾ ਵੇਖਦੇ ਰਹਿਣਾ ਪ੍ਰਾਈਮ ਪੰਜਾਬੀ ਟੀਵੀ ਹਰ ਪਲ ਤੁਹਾਡੇ ਨਾਲ